ਹਾਂਜੀ ਸਟੂਡੈਂਟਸ ਅਸੀਂ ਗੱਲ ਕਰਨ ਜਾ ਰਹੇ ਹਾਂ ਲੈਸਨ ਪਲਾਨਿੰਗ ਲੈਸਨ ਪਲਾਨਿੰਗ ਆ ਜਿਹੜਾ ਇੱਕ ਇਸ ਤਰ੍ਹਾਂ ਦਾ ਇੰਪੋਰਟੈਂਟ ਟੌਪਿਕ ਆ ਜਿਹੜਾ ਬੀਐਡ ਕੋਰਸ ਦੇ ਵਿੱਚ ਸਾਰੇ ਟੀਚਿੰਗ ਜਿਹੜੇ ਸਬਜੈਕਟ ਨੇ ਉਹਨਾਂ ਦੇ ਵਿੱਚ ਆਉਂਦਾ ਈ ਤੇ ਇੱਕ ਇੰਪੋਰਟੈਂਟ ਟੌਪਿਕ ਹੋਣ ਦੇ ਨਾਤੇ ਇੱਕ ਇਹ ਕਾਮਨ ਟੌਪਿਕ ਆ ਜਿਹੜਾ ਸਾਰੇ ਟੀਚਿੰਗ ਸਬਜੈਕਟ ਵਾਲੇ ਸਟੂਡੈਂਟ ਨੇ ਜਿਹੜੇ ਆਪਣੇ ਆਪਣੇ ਸਬਜੈਕਟ ਦੇ ਅਕੋਰਡਿੰਗ ਕਰ ਸਕਦੇ ਨੇ ਸਭ ਤੋਂ ਪਹਿਲਾਂ ਅਸੀਂ ਇਸ ਦੀ ਇੰਟਰੋਡਕਸ਼ਨ ਕਰਾਂਗੇ ਕੀ ਹੁੰਦੀ ਹੈ ਲੈਸਨ ਪਲਾਨਿੰਗ ਇਸ ਦਾ ਮੀਨਿੰਗ ਕਰਾਂਗੇ ਡੈਫੀਨੇਸ਼ਨਸ ਕਰਾਂਗੇ ਇਸ ਵੀਡੀਓ ਦੇ ਵਿੱਚ ਟੀਚਿੰਗ ਇਜ਼ ਨਾਟ एवरीवनਸ ਕੱਪ ਆਫ ਟੀ ਆਸਾਨ ਗੱਲ ਨਹੀਂ ਹੈ ਟੀਚਿੰਗ ਕਰਨੀ ਇੱਕ ਸਕਿਲਫੁਲ ਜਿਹੜਾ ਕੋਰਸ ਆ ਇਹ ਬੀਅਰ ਤਾਂ ਇੱਕ ਸਕਿਲ ਆ ਜਿਹੜੀ ਉਹ ਟੀਚਿੰਗ ਇਟ ਇਜ਼ ਐਨ ਆਰਡਰਡ ਸਟਰਕਚਰਡ and planned activity during the teaching process that teacher has to plan a lot of things some important planning done by teacher are ਬਹੁਤ ਸਾਰੀਆਂ ਪਲਾਨਿੰਗਸ ਨੇ ਜਿਹੜੀਆਂ ਟੀਚਰ ਨੂੰ ਕਰਨੀਆਂ ਪੈਂਦੀਆਂ ਨੇ ਟੀਚਿੰਗ ਕਰਾਉਣ ਤੋਂ ਪਹਿਲਾਂ ਡਿਊਰਿੰਗ ਟੀਚਿੰਗ ਬਿਫੋਰ ਟੀਚਿੰਗ ਆਫਟਰ ਟੀਚਿੰਗ ਤਾਂ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਇਹ ਸਕਿੱਲ ਆ ਉਹ ਅਸੀਂ ਆਪਣੇ ਆਪ ਵਿੱਚ ਪੈਦਾ ਕਰ ਸਕਦੇ ਹਾਂ ਤਾਂ ਇੰਪੋਰਟੈਂਟ ਪਲਾਨਿੰਗਸ ਦੇ ਵਿੱਚ ਸਭ ਤੋਂ ਪਹਿਲੀ ਆਉਂਦੀ ਹੈ ਐਨੂਅਲ ਕਰਿਕੂਲਮ ਪਲਾਨਿੰਗ ਇਨ ਥਿਸ ਟਾਈਪ ਆਫ ਪਲਾਨਿੰਗ ਦਾ ਟੀਚਰ ਪਲਾਨਸ ਫਾਰ ਕੰਪਲੀਟਿੰਗ ਦਾ ਹੋਲ ਸਿਲੇਬਸ ਵਿਦਨ ਦਾ ਅਕੈਡੈਮਿਕ ਸੈਸ਼ਨ ਇਸ ਤਰ੍ਹਾਂ ਸਾਰੇ ਸਿਲੇਬਸ ਦੀ ਪਲਾਨਿੰਗ ਕਰਨੀ ਇੱਕ ਤਾਈ ਪਲਾਨਿੰਗ ਆ ਗਈ ਦੂਸਰੇ ਨੰਬਰ ਤੇ ਆ ਗਈ ਯੂਨਿਟ ਪਲਾਨਿੰਗ ਇਨ ਯੂਨਿਟ ਪਲਾਨਿੰਗ ਦਾ ਹੋਲ ਸਿਲੇਬਸ ਇਜ਼ ਡਿਵਾਈਡਡ ਇਨਟੂ ਵੇਰੀਅਸ ਯੂਨਿਟਸ ਅਲੱਗ-ਅਲੱਗ ਯੂਨਿਟਾਂ ਦੇ ਵਿੱਚ ਸਿਲੇਬਸ ਵੰਡਿਆ ਹੁੰਦਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਤਾਂ ਸਾਰੇ ਯੂਨਿਟ ਦੀ ਅਲੱਗ-ਅਲੱਗ ਪਲਾਨਿੰਗ ਆ ਡਰਾਫਟ ਆਫ ਟੀਚਿੰਗ ਦੀਜ਼ ਯੂਨਿਟਸ ਟੂ ਦਾ ਸਟੂਡੈਂਟਸ ਇਜ਼ ਪਲਾਨਡ ਫਿਰ ਹੈ ਡੇਲੀ ਲੈਸਨ ਪਲਾਨਿੰਗ ਡੇਲੀ ਲੈਸਨ ਪਲਾਨਿੰਗ 3 ਤੀਸਰੇ ਨੰਬਰ ਤੇ ਆਉਂਦੀ ਆ ਡੇਲੀ ਲੈਸਨ ਪਲਾਨਿੰਗ ਇਜ਼ ਦਾ ਮੋਸਟ ਇੰਪੋਰਟੈਂਟ ਐਸਪੈਕਟ ਆਫ ਟੀਚਰਸ ਟੀਚਿੰਗ ਵਰਕ ਅਧਿਆਪਕ ਦੇ ਕੰਮ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਇੱਕ ਪੱਖ ਡੇਲੀ ਦੀ ਲੈਸਨ ਪਲਾਨਿੰਗ ਕਰਨੀ ਦੀ ਪਲਾਨਸ ਫਰੇਮਡ ਬਾਈ ਦਾ ਟੀਚਰ ਟੂ ਟੀਚ ਡਿਫਰੈਂਟ ਟਾਪਿਕਸ ਇਨ ਦਾ ਕਲਾਸ ਏਵਰੀ ਡੇ ਆਰ ਕਾਲਡ ਡੇਲੀ ਲੈਸਨ ਪਲਾਨਸ ਔਰ ਲੈਸਨ ਪਲਾਨਸ ਜਿਹੜਾ ਕੰਮ ਕਲਾਸ ਦੇ ਵਿੱਚ ਕਰਵਾਇਆ ਜਾਣਾ ਹੈ ਅਲੱਗ-ਅਲੱਗ ਟਾਪਿਕਸ ਦੇ ਜਿਹੜੇ ਨੇ ਡਿਟੇਲਸ ਕਿਵੇਂ ਕਰਨੇ ਨੇ ਉਹ ਸਾਰਿਆਂ ਦੇ ਉੱਪਰ ਜਦੋਂ ਟੀਚਰ ਪਲਾਨ ਕਰਦਾ ਹੈ ਕਿਵੇਂ ਪੜਾਉਣਾ ਹੈ ਕਿਹੜੇ-ਕਿਹੜੇ ਤਰੀਕੇ ਅਪਣਾਏ ਜਾਣਗੇ ਪੜਾਉਣ ਦੇ ਤਾਂ ਇਹ ਸਾਰੀ ਜਿਹੜੀ ਪਲਾਨਿੰਗ ਹੈ ਇਸ ਨੂੰ ਲੈਸਨ ਪਲਾਨਸ ਜਾਂ ਡੇਲੀ ਲੈਸਨ ਪਲਾਨਸ ਬੋਲਦੇ ਨੇ ਦਾ ਸਕਸੈਸ ਆਫ ਐਨੀ ਵਰਕ ਡਿਪੈਂਡ ਔਨ ਇਟਸ ਪਲਾਨਿੰਗ ਅਸੀਂ ਜਾਣਦੇ ਹਾਂ ਵੀ ਕਿਸੇ ਵੀ ਕੰਮ ਨੂੰ ਕਰਨ ਲੱਗੇ ਇਸ ਦੀ ਪਲਾਨਿੰਗ ਆ ਜਿਹੜੀ ਬਹੁਤ ਜ਼ਰੂਰੀ ਆ ਤਾਂ ਹੀ ਕੰਮ ਵਿੱਚ ਸਫਲਤਾ ਮਿਲਦੀ ਹੈ ਥਿਸ ਫੈਕਟ ਇਜ਼ ਆਲਸੋ ਐਪਲੀਕੇਬਲ ਟੂ ਦਾ ਟੀਚਿੰਗ ਤਾਂ ਇਹੀ ਫੈਕਟ ਟੀਚਿੰਗ ਦੇ ਵਿੱਚ ਐਪਲੀਕੇਬਲ ਆ ਤਾਂ ਅਸੀਂ ਕਹਿ ਸਕਦੇ ਹਾਂ ਇਫ ਅ ਟੀਚਰ ਵਾਂਟਸ ਟੂ ਮੇਕ ਹਿਸ ਟੀਚਿੰਗ ਬੈਟਰ ਐਂਡ ਇਫੈਕਟਿਵ ਹੀ ਮਸਟ ਹੈਵ ਪ੍ਰੋਪਰ ਨੋਲੇਜ ਅਬਾਊਟ ਲੈਸਨ ਪਲਾਨਿੰਗ ਐਂਡ ਕੰਸਟਰਕਸ਼ਨ ਆਫ ਲੈਸਨ ਪਲਾਨਸ ਜੇ ਅਧਿਆਪਕ ਨੇ ਵਧੀਆ ਅਧਿਆਪਕ ਬਣਨਾ ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਲੈਸਨ ਪਲਾਨਿੰਗ ਆ ਜਿਹੜੀ ਉਹ ਕਿਵੇਂ ਬਣੇਗੀ ਤਾਂ ਇਫੈਕਟਿਵਲੀ ਤੇ ਵਧੀਆ ਢੰਗ ਨਾਲ ਲੈਸਨ ਆ ਜਿਹੜਾ ਬਣਾਉਣ ਤੋਂ ਬਾਅਦ ਕਿਸ ਤਰ੍ਹਾਂ ਡਿਲੀਵਰ ਕੀਤਾ ਜਾਏਗਾ ਤਾਂ ਇਸ ਤੋਂ ਬਾਅਦ ਅਸੀਂ मीनिंग ਕਰਾਂਗੇ ਲੈਸਨ ਪਲਾਨਿੰਗ ਦਾ मीनिंग ਐਂਡ ਡੈਫੀਨੇਸ਼ਨ ਵਰਡ ਲੈਸਨ ਪਲਾਨ ਇਜ਼ ਕੰਬੀਨੇਸ਼ਨ ਆਫ ਟੂ ਵਰਡਸ ਜਿਹੜਾ ਲੈਸਨ ਪਲਾਨ ਸ਼ਬਦ ਆ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਏ ਜਿਹਦੇ ਵਿੱਚ ਲੈਸਨ ਤੇ ਪਲਾਨ ਦੋ ਸ਼ਬਦ ਨੇ ਦੋਨਾਂ ਨੂੰ ਮਿਲ ਕੇ ਲੈਸਨ ਪਲਾਨ ਬਣਿਆ ਹੋਇਆ ਲੈਸਨ ਪਲਾਨ ਮੀਨਸ ਪ੍ਰੀਪੇਅਰਿੰਗ ਐਂਡ ਪਲਾਨਿੰਗ ਫਾਰ ਦਾ ਲੈਸਨ ਵਾਟ ਟਾਪਿਕ ਦਾ ਟੀਚਰ ਹੈਜ਼ ਟੂ ਟੀਚ ਇਨ ਦਾ ਕਲਾਸ ਕਿਹੜਾ ਟਾਪਿਕ ਟੀਚਰ ਕਲਾਸ ਚ ਪੜਾਏਗਾ ਇਹ ਭਵਿੱਖ ਮੁਖੀ ਹੁੰਦਾ ਹੈ ਹਮੇਸ਼ਾ ਭਵਿੱਖ ਨੂੰ ਦੇਖਦੇ ਹੋਏ ਬਣਦਾ ਹੈ ਫਾਰ ਹਾਊ ਮੱਚ ਟਾਈਮ ਕਿੰਨੇ ਟਾਈਮ ਲਈ ਪੜਾਏਗਾ ਵਿਦ ਵਿਚ ਮੈਥਡ ਹੀ ਇਜ਼ ਗੋਇੰਗ ਟੂ ਟੀਚ ਕਿਹੜਾ ਮੈਥਡ ਉਹ ਪੜਾਉਣ ਲਈ ਵਰਤ ਰਿਹਾ ਹੈ ਵਾਟ ਟੀਚਿੰਗ ਲਰਨਿੰਗ ਮਟੀਰੀਅਲ ਵਿਲ ਬੀ ਯੂਜ਼ਡ ਫਾਰ ਟੀਚਿੰਗ ਕਿਹੜਾ ਟੀਚਿੰਗ ਲਰਨਿੰਗ ਮਟੀਰੀਅਲ ਆ ਜਿਹੜਾ ਉਹ ਪੜਾਉਣ ਲੱਗੇ ਵਰਤਿਆ ਜਾਣਾ ਹੈ ਆਲ ਥੀਸ ਥਿੰਗਸ ਆਰ ਡਿਸਕ੍ਰਾਈਬਡ ਇਨ ਲੈਸਨ ਪਲਾਨ ਇਹ ਸਾਰੀਆਂ ਗੱਲਾਂ ਲੈਸਨ ਪਲਾਨ ਦੇ ਵਿੱਚ ਡਿਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਟੀਚਰ ਪਰ ਪੀਅਰਸ ਆ ਲੈਸਨ ਪਲਾਨ ਬਾਈ ਕੀਪਿੰਗ ਇਨ ਮਾਈਂਡ ਦਾ ਨੇਚਰ ਆਫ ਦਾ ਟਾਪਿਕ ਮੈਂਟਲ ਲੈਵਲ ਆਫ ਦਾ ਸਟੂਡੈਂਟਸ ਆਬਜੈਕਟਿਵਸ ਆਫ ਦਾ ਲੈਸਨ ਕਾਫੀ ਗੱਲਾਂ ਜਿਹੜੀਆਂ ਨੇ ਲੈਸਨ ਪਲਾਨ ਕਰਨ ਲੱਗੇ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਟੀਚਰ ਨੂੰ ਜਿਹਦੇ ਵਿੱਚ ਟਾਪਿਕ ਕਿਸ ਤਰ੍ਹਾਂ ਦਾ ਹੈ ਤੇ ਬੱਚਿਆਂ ਦਾ ਮੈਂਟਲ ਲੈਵਲ ਜਾਂ ਬੱਚਿਆਂ ਦੀ ਏਜ ਕਿੰਨੀ ਆ ਸਟੂਡੈਂਟਸ ਦੀ ਏਜ ਕਿੰਨੀ ਆ ਲੈਸਨ ਆ ਜਿਹੜਾ ਉਹ ਕਿਉਂ ਪੜਾਇਆ ਜਾ ਰਿਹਾ ਉਸਦੇ ਕੀ ਏਮ ਨੇ ਕੀ ਉਦੇਸ਼ ਨੇ various educationists have given different definitions of lesson plan alag alag jehde educationists ne shiksha shastriya ne ohna ne alag alag definitions dittiyan ne lesson plans diyan jinna de vich oh assi kuch definitions ne ik do karange jide vich pehli hagi leicester be sands di definition A lesson plan is actually a plan of action. It therefore includes the working philosophy of teacher, his knowledge of philosophy, his information, and understanding of his peoples, his understanding of objectives of education, he's a knowledge of material to be taught and his ability to utilize effective methods ta is definition de according lesson plan kiya actual je kis tarah da plan aa kam karan da ṭhang aa kam karan di yojana ae jide vich ki hunda ae adhyapak da darshan hunda ae working philosophy hundi aa usdi usdi knowledge hundi aa usnu philosophy di ਤੇ ਜਿਹੜੀ ਬੱਚੇ ਨੇ ਸਟੂਡੈਂਟ ਨੇ ਉਹਨਾਂ ਦੀ ਜਾਣਕਾਰੀ ਤੇ ਉਹਨਾਂ ਦੀ ਸਮਝ ਹੁੰਦੀ ਆ ਉਸ ਨੂੰ ਸਿੱਖਿਆ ਦੇ ਕੀ ਉਦੇਸ਼ ਨੇ ਇਸ ਦੀ ਵੀ ਉਸ ਨੂੰ ਸਮਝ ਹੁੰਦੀ ਆ ਇਸ ਤੋਂ ਇਲਾਵਾ ਕਿਹੜਾ ਮਟੀਰੀਅਲ ਪੜਾਇਆ ਜਾਣਾ ਇਸ ਦੀ ਵੀ ਉਸ ਨੂੰ ਨੋਲਿਜ ਹੁੰਦੀ ਆ ਤੇ ਸਾਰੀ ਚੀਜ਼ ਨੂੰ ਉਹ ਯੂਟਿਲਾਈਜ਼ ਕਰਦਾ ਏ ਇਫੈਕਟਿਵ ਮੈਥਡ ਨਾਲ ਲੈਸਨ ਪਲਾਨਿੰਗ ਨਾਲ ਦੇ ਵੀ ਸੀ ਜਿਹੜੀ ਡੈਫੀਨੇਸ਼ਨ ਆ ਉਹ ਦੇਖ ਲੈਣੇ ਆ ਅਸੀਂ ਪ੍ਰੈਪਰੇਸ਼ਨ ਆਫ ਲੈਸਨ ਇਜ਼ ਵੈਰੀ ਕ੍ਰੂਸ਼ੀਅਲ ਲੈਸਨ ਦੀ ਯੋਜਨਾ ਬਣਾਉਣੀ ਬਹੁਤ ਜ਼ਰੂਰੀ ਆ ਨਾਥਿੰਗ ਇਜ਼ ਮੋਰ ਡੇਂਜਰਸ ਫॉर ਟੀਚਰਸ ਪ੍ਰੋਗਰੈਸ ਦੈਨ ਇਨਕੰਪਲੀਟ ਪ੍ਰੈਪਰੇਸ਼ਨ ਕਹਿੰਦਾ ਕੁਝ ਵੀ ਜ਼ਿਆਦਾ ਡੇਂਜਰਸ ਨਹੀਂ ਹੈ ਟੀਚਰ ਲਈ ਟੀਚਰ ਦੀ ਪ੍ਰਗਤੀ ਦੇ ਰਸਤੇ ਵਿੱਚ ਰੁਕਾਵਟ ਆਉਂਦੀ ਆ ਤਾਂ ਇਨਕੰਪਲੀਟ ਪ੍ਰੈਪਰੇਸ਼ਨ ਆ ਜਿਹੜੀ ਉਹਦੀ ਟੀਚਿੰਗ ਦੀ ਉਹੀ ਆਉਂਦੀ ਆ ਭਾਵ ਜਿਹੜਾ ਟੀਚਰ ਅ ਤਰੱਕੀ ਤਾਂ ਹੀ ਕਰ ਸਕਦਾ ਜੇ ਉਹ ਆਪਣੀ ਜਿਹੜੀ ਟੀਚਿੰਗ ਦੀ ਪ੍ਰੈਪਰੇਸ਼ਨ ਉਹ ਸਹੀ ਢੰਗ ਨਾਲ ਕਰੇਗਾ ਇਸੇ ਤਰ੍ਹਾਂ ਹੋਰ ਡੈਫੀਨੇਸ਼ਨਸ ਨੇ ਤੁਸੀਂ ਕਰ ਸਕਦੇ ਹੋ ਜਿਵੇਂ ਪਾਰਟੀਆ ਐਂਡ ਪਾਰਟੀਆ ਦੀ ਡੈਫੀਨੇਸ਼ਨ ਹੈ ਲੈਸਨ ਪਲਾਨ ਟੈਲਸ ਅਸ ਵਾਟ ਦ ਸਟੂਡੈਂਟਸ ਹੈਵ ਲਰਨਡ ਸਾਨੂੰ ਦੱਸਦਾ ਹੈ ਲੈਸਨ ਪਲਾਨ ਕਿ ਸਟੂਡੈਂਟਸ ਨੇ ਕੀ ਲਰਨ ਕੀਤਾ ਜਾਂ ਉਹਨਾਂ ਨੂੰ ਕੀ ਆਉਂਦਾ ਹੈ ਇਨ ਵਿਚ ਡਾਇਰੈਕਸ਼ਨ ਦੇ ਸ਼ੁੱਡ ਬੀ ਗਾਈਡਡ ਫਰਦਰ ਇਸੇ ਤਰ੍ਹਾਂ ਤੋਂ ਸਿੱਖਿਆ ਲੈ ਕੇ ਅਸੀਂ ਉਹਨਾਂ ਨੂੰ ਅੱਗੇ ਗਾਈਡ ਕਰ ਸਕਦੇ ਹਾਂ ਐਂਡ ਵਾਟ ਸ਼ੁੱਡ ਬੀ ਟਾਟ ਐਟ ਦਾ ਮੋਮੈਂਟ ਤੇ ਉਸ ਤੋਂ ਬਾਅਦ ਕੀ ਪੜਾਇਆ ਜਾਣਾ ਹੈ ਤਾਂ ਇਸ ਤਰ੍ਹਾਂ ਨਾਲ ਇਹ ਡੈਫੀਨੇਸ਼ਨਸ ਨੇ ਦੇਖ ਸਕਦੇ ਹੋ ਤੁਸੀਂ ਤਾਂ ਇਹਨਾਂ ਡੈਫੀਨੇਸ਼ਨਸ ਨੂੰ ਜੇ ਅਸੀਂ ਕਨਕਲੂਡ ਕਰਾਂਗੇ ਤਾਂ ਅਸੀਂ ਕੀ ਗੱਲ ਕਰ ਸਕਦੇ ਹਾਂ ਲੈਸਨ ਪਲਾਨ ਬਾਰੇ ਅਸੀਂ ਕਹਿ ਸਕਦੇ ਹਾਂ ਲੈਸਨ ਪਲਾਨ ਇਜ਼ ਅ ਪ੍ਰੀ ਪ੍ਰਿਪੇਅਰਡ ਪਲਾਨ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਹੁੰਦੀ ਆ ਤਾਂ ਲੈਸਨ ਪਲਾਨ ਇੱਕ ਇਸ ਤਰ੍ਹਾਂ ਦਾ ਤਿਆਰੀ ਆ ਇਟ ਕ੍ਰੀਏਟਸ ਐਪਰੋਪਰੀਏਟ ਟੀਚਿੰਗ ਲਰਨਿੰਗ এনਵਾਇਰਨਮੈਂਟ ਇਹਦੇ ਨਾਲ ਕੀ ਹੁੰਦਾ ਏ ਸਹੀ ਜਿਹੜਾ ਟੀਚਿੰਗ ਲਰਨਿੰਗ এনਵਾਇਰਨਮੈਂਟ ਆ ਪੜਨ ਪੜਾਉਣ ਦਾ ਜਿਹੜਾ ਵਾਤਾਵਰਨ ਉਹ ਬਣਦਾ ਏ ਇਟ ਹੈਲਪਸ in achieving the instructional objectives ਇਹ ਜਿਹੜਾ ਸਾਡੇ ਇਨਸਟਰਕਸ਼ਨਲ ਆਬਜੈਕਟਿਵ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ ਲੈਸਨ ਪਲਾਨ ਇਟ ਪ੍ਰਪੇਅਰਸ ਅ ਸਿਸਟਮੈਟਿਕ ਆਰਡਰ ਆਫ ਟੀਚਿੰਗ ਪ੍ਰੋਸੈਸ ਸਿਸਟਮੈਟਿਕ ਆਰਡਰ ਚ ਲੈ ਕੇ ਜਾਂਦਾ ਹੈ ਟੀਚਿੰਗ ਪ੍ਰੋਸੈਸ ਨੂੰ ਫਿਰ ਇਟ ਮੇਕਸ ਟੀਚਿੰਗ ਲਰਨਿੰਗ ਪ੍ਰੋਸੈਸ ਮੋਰ ਇਫੈਕਟਿਵ ਤਾਂ ਟੀਚਿੰਗ ਲਰਨਿੰਗ ਪ੍ਰੋਸੈਸ ਨੂੰ ਕੀ ਆ ਇਹ ਬਹੁਤ ਜ਼ਿਆਦਾ ਇਫੈਕਟਿਵ ਬਣਾ ਦਿੰਦਾ ਏ ਭਾਵ ਇਸ ਤਰ੍ਹਾਂ ਦਾ ਹਥਿਆਰ ਆ ਜੀ ਤੋਂ ਬਿਨਾ ਇੱਕ ਅਧਿਆਪਕਾ ਜਿਹੜਾ ਉਹ ਕਲਾਸ ਦੇ ਵਿੱਚ ਇਫੈਕਟਿਵਲੀ ਨਹੀਂ ਪੜਾ ਸਕਦਾ ਲੌਂਗ ਟਾਈਮ ਲਈ ਨਹੀਂ ਪੜਾ ਸਕਦਾ ਤੇ ਜਿਹੜੀਆਂ ਲਰਨਿੰਗ ਆਊਟਕਮਸ ਨੇ ਉਹ ਬਿਹਤਰ ਨਹੀਂ ਦੇ ਸਕਦਾ ਤਾਂ ਇਹ ਸੀਗਾ मीनिंग लेसन प्लान ਦਾ ਅੱਗੇ ਅਸੀਂ ਇਸ ਦੇ ਨਾਲ ਰਿਲੇਟਡ ਹੋਰ ਕਨਸੈਪਟ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ